ਵਿੱਚ ਟਿਕਟ ਮਿਲੀ ਆ। ਮੇਰਾ ਬ੍ਰਦਰ ਇੰਦਰਜੀਤ ਉਹ ਪੋਲਿਟਿਕਸ ਵਿੱਚ ਸੀ, ਮੈਂ ਕਦੀ ਪੋਲਿਟਿਕਸ ਵਿੱਚ, ਮੈਨੂੰ ਏ ਬੀ ਸੀ ਵੀ ਨਹੀਂ ਸੀ ਪਤਾ, ਠੀਕ ਹੈ। ਅਤੇ ਮੇਰੇ ਫਾਦਰ ਜਦੋਂ ਪ੍ਰੈਜੀਡੈਂਟ ਬਣੇ ਮੈਨੂੰ ਟਿਕਟ ਮਿਲ ਗਈ, ਅਤੇ ਈਵਨ ਮੈਨੂੰ ਸਟੇਜ 'ਤੇ ਖਲੋਣ ਲੱਗਿਆ ਵੀ ਡਰ ਲੱਗਦਾ ਸੀ। ਅੱਛਾ, ਉਦੋਂ ਕਿੰਨੀ ਉਮਰ ਸੀ? ਮੈਂ ਉਦੋਂ ਹੋਣਾ 39 ਦਾ, 39 ਕਿਉਂਕਿ ਪੋਲਿਟਿਕਸ ਦੇ ਵਿੱਚ ਮੇਰੇ ਫਾਦਰ ਬੜਾ ਵੱਡਾ, ਜੋ ਉਹਨਾਂ ਦਾ ਨਾਮ ਸੀ। 39 ਤੱਕ ਪੋਲਿਟਿਕਸ 'ਚ ਬਿਲਕੁਲ ਤੁਹਾਡਾ ਵੀ ਵਾਸਤਾ ਨਹੀਂ? ਮੈਂ ਡਰਦਾ ਹੁੰਦਾ ਸੀ ਕਿ ਯਾਰ ਕਿਹੜੇ ਕੰਮ 'ਚ ਪੈ ਜਾਵਾਂਗੇ, ਕਿੱਥੇ ਸਾਰਾ ਦਿਨ, ਸਾਨੂੰ ਨਹੀਂ ਕਦੀ ਪੁੱਛਿਆ। ਅਤੇ ਮੈਂ ਤੁਹਾਨੂੰ ਉਹਦੇ 'ਚ ਵੀ ਦੱਸਦਾ ਕਿ ਤੁਹਾਡੀ ਫੈਮਿਲੀ ਲਾਈਫ ਬਿਲਕੁਲ ਹੀ ਖਤਮ ਹੋ ਜਾਂਦੀ ਆ, ਪਬਲਿਕ ਲਾਈਫ ਬਣ ਜਾਂਦੀ ਹੈ। ਮੈਂ 10ਵੀਂ 'ਚੋਂ ਪਾਸ ਹੋਇਆ ਅਤੇ ਮੇਰੇ ਫਾਦਰ ਉਦੋਂ ਮਿਨਿਸਟਰ ਸੀਗੇ, ਅਤੇ ਮੈਂ ਕਿਹਾ ਜੀ ਮੈਂ 10ਵੀਂ ਮੈਂ ਪਾਸ ਹੋ ਗਿਆ, ਅਤੇ ਮੈਨੂੰ ਕਹਿੰਦੇ ਕਿਹੜੀ ਕਲਾਸ 'ਚੋਂ? ਮੈਂ ਕਿਹਾ ਲਓ ਜੀ, ਉਹਨੂੰ ਪਿਓ ਨੂੰ ਇਹ ਨਹੀਂ ਪਤਾ ਹੁੰਦਾ ਵੀ ਕਿਹੜੀ ਕਲਾਸ ਬੱਚੇ, ਬਿਲਕੁਲ ਇਹੀ ਮੇਰੇ ਨਾਲ ਆ ਕਿ ਕਈ ਵਾਰ ਬਰਥਡੇ ਹੁੰਦਾ ਬੱਚਿਆਂ ਦਾ ਪਤਾ ਹੀ ਨਹੀਂ ਹੁੰਦਾ, ਉਹ ਕਹਿੰਦੇ ਤੁਹਾਨੂੰ ਆਪਣੇ ਬੇਟੀਆਂ ਕਹਿਣਗੇ, ਤੁਹਾਨੂੰ ਸਾਡੇ ਪਿਓ ਤੋਂ ਤਾਂ ਨਹੀਂ ਪਤਾ ਕਿੰਨੀ ਨੂੰ ਹੋਇਆ। ਅਤੇ ਇਸ ਕਰਕੇ ਜਿਸ ਕੰਮ 'ਚ ਪਏ ਹਾਂ ਓਨੈਸਟੀ 'ਤੇ ਬੰਦੇ ਨੂੰ ਰੱਖ ਕੇ ਚੱਲਣੀ ਪਏਗੀ। ਮੈਨੂੰ 'ਚ ਟਿਕਟ ਮਿਲੀ ਆ। ਮੇਰਾ ਬ੍ਰਦਰ ਇੰਦਰਜੀਤ ਉਹ ਪੋਲਿਟਿਕਸ ਵਿੱਚ ਸੀ, ਮੈਂ ਕਦੀ ਪੋਲਿਟਿਕਸ ਵਿੱਚ, ਮੈਨੂੰ ਏ ਬੀ ਸੀ ਵੀ ਨਹੀਂ ਸੀ ਪਤਾ, ਠੀਕ ਹੈ। ਅਤੇ ਮੇਰੇ ਫਾਦਰ ਜਦੋਂ ਪ੍ਰੈਜੀਡੈਂਟ ਬਣੇ ਮੈਨੂੰ ਟਿਕਟ ਮਿਲ ਗਈ, ਅਤੇ ਈਵਨ ਮੈਨੂੰ ਸਟੇਜ 'ਤੇ ਖਲੋਣ ਲੱਗਿਆ ਵੀ ਡਰ ਲੱਗਦਾ ਸੀ। ਅੱਛਾ, ਉਦੋਂ ਕਿੰਨੀ ਉਮਰ ਸੀ? ਮੈਂ ਉਦੋਂ ਹੋਣਾ 39 ਦਾ, 39 ਕਿਉਂਕਿ ਪੋਲਿਟਿਕਸ ਦੇ ਵਿੱਚ ਮੇਰੇ ਫਾਦਰ ਬੜਾ ਵੱਡਾ, ਜੋ ਉਹਨਾਂ ਦਾ ਨਾਮ ਸੀ। 39 ਤੱਕ ਪੋਲਿਟਿਕਸ 'ਚ ਬਿਲਕੁਲ ਤੁਹਾਡਾ ਵੀ ਵਾਸਤਾ ਨਹੀਂ? ਮੈਂ ਡਰਦਾ ਹੁੰਦਾ ਸੀ ਕਿ ਯਾਰ ਕਿਹੜੇ ਕੰਮ 'ਚ ਪੈ ਜਾਵਾਂਗੇ, ਕਿੱਥੇ ਸਾਰਾ ਦਿਨ, ਸਾਨੂੰ ਨਹੀਂ ਕਦੀ ਪੁੱਛਿਆ। ਅਤੇ ਮੈਂ ਤੁਹਾਨੂੰ ਉਹਦੇ 'ਚ ਵੀ ਦੱਸਦਾ ਕਿ ਤੁਹਾਡੀ ਫੈਮਿਲੀ ਲਾਈਫ ਬਿਲਕੁਲ ਹੀ ਖਤਮ ਹੋ ਜਾਂਦੀ ਆ, ਪਬਲਿਕ ਲਾਈਫ ਬਣ ਜਾਂਦੀ ਆ। ਮੈਂ 10ਵੀਂ 'ਚੋਂ ਪਾਸ ਹੋਇਆ, ਅਤੇ ਮੇਰੇ ਫਾਦਰ ਉਦੋਂ ਮਿਨਿਸਟਰ ਸੀਗੇ, ਅਤੇ ਮੈਂ ਕਿਹਾ ਜੀ ਮੈਂ 10ਵੀਂ ਮੈਂ ਪਾਸ ਹੋ ਗਿਆ, ਅਤੇ ਮੈਨੂੰ ਕਹਿੰਦੇ ਕਿਹੜੀ ਕਲਾਸ 'ਚੋਂ? ਮੈਂ ਕਿਹਾ ਲਓ ਜੀ, ਉਹਨੂੰ ਪਿਓ ਨੂੰ ਇਹ ਨਹੀਂ ਪਤਾ ਹੁੰਦਾ ਵੀ ਕਿਹੜੀ ਕਲਾਸ ਬੱਚੇ, ਬਿਲਕੁਲ ਇਹੀ ਮੇਰੇ ਨਾਲ ਆ ਕਿ ਕਈ ਵਾਰ ਬਰਥਡੇ ਹੁੰਦਾ ਬੱਚਿਆਂ ਦਾ ਪਤਾ ਹੀ ਨਹੀਂ ਹੁੰਦਾ, ਉਹ ਕਹਿੰਦੇ ਤੁਹਾਨੂੰ ਆਪਣੇ ਬੇਟੀਆਂ ਕਹਿਣਗੇ, ਤੁਹਾਨੂੰ ਸਾਡੇ ਪਿਓ ਤੋਂ ਤਾਂ ਨਹੀਂ ਪਤਾ ਕਿੰਨੀ ਨੂੰ ਹੋਇਆ। ਅਤੇ ਇਸ ਕਰਕੇ ਜਿਸ ਕੰਮ 'ਚ ਪਏ ਹਾਂ ਓਨੈਸਟੀ 'ਤੇ ਬੰਦੇ ਨੂੰ ਰੱਖ ਕੇ ਚੱਲਣੀ ਪਏਗੀ। ਮੈਨੂੰ 'ਚ ਟਿਕਟ ਮਿਲੀ ਆ। ਮੇਰਾ ਬ੍ਰਦਰ ਇੰਦਰਜੀਤ ਉਹ ਪੋਲਿਟਿਕਸ ਵਿੱਚ ਸੀ, ਮੈਂ ਕਦੀ ਪੋਲਿਟਿਕਸ ਵਿੱਚ, ਮੈਨੂੰ ਏ ਬੀ ਸੀ ਵੀ ਨਹੀਂ ਸੀ ਪਤਾ, ਠੀਕ ਹੈ। ਅਤੇ ਮੇਰੇ ਫਾਦਰ ਜਦੋਂ ਪ੍ਰੈਜੀਡੈਂਟ ਬਣੇ ਮੈਨੂੰ ਟਿਕਟ ਮਿਲ ਗਈ, ਅਤੇ ਈਵਨ ਮੈਨੂੰ ਸਟੇਜ 'ਤੇ ਖਲੋਣ ਲੱਗਿਆ ਵੀ ਡਰ ਲੱਗਦਾ ਸੀ। ਅੱਛਾ, ਉਦੋਂ ਕਿੰਨੀ ਉਮਰ ਸੀ? ਮੈਂ ਉਦੋਂ ਹੋਣਾ 39 ਦਾ, 39 ਕਿਉਂਕਿ ਪੋਲਿਟਿਕਸ ਦੇ ਵਿੱਚ ਮੇਰੇ ਫਾਦਰ ਬੜਾ ਵੱਡਾ, ਜੋ ਉਹਨਾਂ ਦਾ ਨਾਮ ਸੀ। 39 ਤੱਕ ਪੋਲਿਟਿਕਸ 'ਚ ਬਿਲਕੁਲ ਤੁਹਾਡਾ ਵੀ ਵਾਸਤਾ ਨਹੀਂ? ਮੈਂ ਡਰਦਾ ਹੁੰਦਾ ਸੀ ਕਿ ਯਾਰ ਕਿਹੜੇ ਕੰਮ 'ਚ ਪੈ ਜਾਵਾਂਗੇ, ਕਿੱਥੇ ਸਾਰਾ ਦਿਨ, ਸਾਨੂੰ ਨਹੀਂ ਕਦੀ ਪੁੱਛਿਆ। ਅਤੇ ਮੈਂ ਤੁਹਾਨੂੰ ਉਹਦੇ 'ਚ ਵੀ ਦੱਸਦਾ ਕਿ ਤੁਹਾਡੀ ਫੈਮਿਲੀ ਲਾਈਫ ਬਿਲਕੁਲ ਹੀ ਖਤਮ ਹੋ ਜਾਂਦੀ ਆ, ਪਬਲਿਕ ਲਾਈਫ ਬਣ ਜਾਂਦੀ ਆ। ਮੈਂ 10ਵੀਂ 'ਚੋਂ ਪਾਸ ਹੋਇਆ, ਅਤੇ ਮੇਰੇ ਫਾਦਰ ਉਦੋਂ ਮਿਨਿਸਟਰ ਸੀਗੇ, ਅਤੇ ਮੈਂ ਕਿਹਾ ਜੀ ਮੈਂ 10ਵੀਂ ਮੈਂ ਪਾਸ ਹੋ ਗਿਆ, ਅਤੇ ਮੈਨੂੰ ਕਹਿੰਦੇ ਕਿਹੜੀ ਕਲਾਸ 'ਚੋਂ? ਮੈਂ ਕਿਹਾ ਲਓ ਜੀ, ਉਹਨੂੰ ਪਿਓ ਨੂੰ ਇਹ ਨਹੀਂ ਪਤਾ ਹੁੰਦਾ ਵੀ ਕਿਹੜੀ ਕਲਾਸ ਬੱਚੇ, ਬਿਲਕੁਲ ਇਹੀ ਮੇਰੇ ਨਾਲ ਆ ਕਿ ਕਈ ਵਾਰ ਬਰਥਡੇ ਹੁੰਦਾ ਬੱਚਿਆਂ ਦਾ ਪਤਾ ਹੀ ਨਹੀਂ ਹੁੰਦਾ, ਉਹ ਕਹਿੰਦੇ ਤੁਹਾਨੂੰ ਆਪਣੇ ਬੇਟੀਆਂ ਕਹਿਣਗੇ, ਤੁਹਾਨੂੰ ਸਾਡੇ ਪਿਓ ਤੋਂ ਤਾਂ ਨਹੀਂ ਪਤਾ ਕਿੰਨੀ ਨੂੰ ਹੋਇਆ। ਅਤੇ ਇਸ ਕਰਕੇ ਜਿਸ ਕੰਮ 'ਚ ਪਏ ਹਾਂ ਓਨੈਸਟੀ 'ਤੇ ਬੰਦੇ ਨੂੰ ਰੱਖ ਕੇ ਚੱਲਣੀ ਪਏਗੀ।